ਮੈਂ ਆਇਆ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੜ੍ਹ ਸ਼ੰਕਰ ਤਹਿਸੀਲ ਦੇ ਇੱਕ ਪਿੰਡ ਰਾਮਪੁਰ ਬਿੱਲਣੋ ਵਿੱਚ। ਮੇਰੇ ਲਈ ਇਹ ਦਿਨ ਇਸ ਕਰਕੇ ਖਾਸ ਆ ਕਿ ਮੇਰੇ ਨਾਲ ਜਿਹੜੇ ਬਜ਼ੁਰਗ ਬੈਠੇ ਨੇ ਉਹ ਲਹਿੰਦੇ ਪੰਜਾਬ ਦੇ ਉਸ ਪਿੰਡ ਤੋਂ ਆਏ ਨੇ ਜਿੱਥੇ ਸ਼ਹੀਦ ਭਗਤ ਸਿੰਘ ਹੁਣਾਂ ਦਾ ਜਨਮ ਹੋਇਆ ਸੀ। ਇਹ ਬੜੀ ਦੇਰ ਦੀ ਤਲਾਸ਼ ਸੀਗੀ ਕਿ ਅਸੀਂ ਕਿਸੇ ਉਸ ਬਜ਼ੁਰਗ ਨੂੰ ਮਿਲੀਏ ਜਿਹੜਾ ਗਵਾਹੀ ਪਾਵੇ ਉਹਨਾਂ ਵੇਲਿਆਂ ਦੀ, ਉਸ ਪਿੰਡ ਦੀ ਜਿੱਥੇ ਐਡੀ ਮਹਾਨ ਸ਼ਖਸੀਅਤ ਪੈਦਾ ਹੋਈ। ਅਸੀਂ ਧੰਨਵਾਦੀ ਹਾਂ ਜੀ ਪੁਸ਼ਪਿੰਦਰ ਕੁਮਾਰ ਜੀ ਦੇ, ਜਿਨ੍ਹਾਂ ਨੇ ਇਹ ਬਜ਼ੁਰਗਾਂ ਤੱਕ ਸਾਨੂੰ ਪਹੁੰਚਾਇਆ। ਅਤੇ ਬਾਬਾ ਜੀ ਇਸ ਵੇਲੇ ਰਹਿੰਦੇ ਤੁਸੀਂ ਰਾਮਪੁਰ ਬਿੱਲਣੋ ਵਿੱਚ, ਅਤੇ ਜਨਮ ਕਿੱਥੇ ਹੋਇਆ ਸੀ? ਜਨਮ ਹੈਗਾ ਇੱਥੇ ਦਾ ਜੀ। ਅੱਛਾ, ਇੱਥੇ ਦਾ ਹੀ ਆ, ਬਿੱਲਣੋ ਦਾ ਜੀ। ਠੀਕ ਹੈ ਜੀ। ਕਹਿੰਦੇ ਜਿੱਦਾਂ ਸਿਆਣੇ ਗੱਲ ਕਰਦੇ ਉੱਦਾਂ ਸਾਨੂੰ ਪਤਾ, ਸਾਨੂੰ ਕੀ ਪਤਾ ਜੀ ਜੀ। ਅਤੇ 6 ਮਹੀਨੇ ਦਾ ਸੀਗਾ ਲੈ ਗਏ ਜੀ ਜੀ, ਲਾਇਲਪੁਰ ਲਾਇਲਪੁਰ ਚਲ ਗਏ। ਹਾਂ, ਲਾਇਲਪੁਰ ਰਹਿੰਦੇ ਸੀ। ਕਿਹੜਾ ਚੱਕ ਸੀ ਉਹ? 105 ਚੱਕ ਬੰਗਾ। ਵਾਹ ਜੀ ਵਾਹ। ਭਗਤ ਸਿੰਘ ਵਾਲਾ। ਵਾਹ ਜੀ। ਭਗਤ ਸਿੰਘ ਸ਼ਹੀਦ ਵਾਲਾ। ਵਾਹ ਜੀ ਵਾਹ। ਹਾਂ, ਬਹੁਤ ਵਧੀਆ। ਅਤੇ ਜਦੋਂ ਜਦੋਂ ਭਗਤ ਸਿੰਘ ਹੁਣਾਂ ਨੂੰ ਫਾਂਸੀ ਹੋਈ ਆ, ਤੁਹਾਨੂੰ ਚੇਤਾ ਉਸ ਦਿਨ ਦਾ? ਹਾਂ, ਵਧੀਆ। ਇਹਨਾਂ ਨੇ ਛੋਟੇ ਛੋਟੇ ਰੁੜਦੇ ਰੁੜਦੇ ਖੇਡਦੇ, ਉਹਨਾਂ ਦੇ ਦਰਵਾਜ਼ੇ ਵਾਲੇ ਖੇਡਦੇ। ਉਦੋਂ ਸੁਨੇਹਾ ਆਇਆ ਭਗਤ ਸਿੰਘ ਫਾਂਸੀ ਹੋ ਗਈ ਜੀ ਜੀ। ਭਗਤ ਸਿੰਘ ਫਾਂਸੀ ਹੋ ਗਈ, ਰੋਂਦੀਆਂ ਉਹਨਾਂ ਦੇ ਘਰ ਰੋਂਦੀਆਂ, ਇੰਨਾ ਚੇਤਾ। ਜਨਾਨੀਆਂ ਰੋਂਦੀਆਂ ਉਹਨਾਂ ਦੇ ਘਰਾਂ ਨੂੰ ਗਈਆਂ। ਭਗਤ ਸਿੰਘ 6-7 ਭਰਾ ਸੀ। ਭਗਤ ਸਿੰਘ, ਕੁਲਵੀਰ, ਰਣਵੀਰ, ਦੋ ਭਰਾ ਉਹਨੇ ਨਾਲ ਪੜ੍ਹਦੇ ਸੀ। ਕਿਹੜੇ ਕਿਹੜੇ ਜੀ? ਭਗਤ ਸਿੰਘ ਕੁਲਤਾਰ ਪੜ੍ਹਦਾ ਹੁਣ ਤੁਹਾਡੇ ਨਾਲ? ਕੁਲਤਾਰ ਨਹੀਂ ਮੇਰੇ ਨਾਲ ਪੜ੍ਹਿਆ, ਕੁਲਤਾਰ ਦਾ ਭਾਰਾ ਸੀ ਬਹੁਤ ਸਲਾਹ। ਇੱਥੇ ਆ ਕੇ ਗਿਆ, ਮਿਲ ਕੇ ਗਿਆ, ਇੱਥੇ ਆ ਗਿਆ। ਅੱਛਾ 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 ਅੱਛਾ। ਛਾਗਰ ਦੁਆਰੇ ਲਸ਼ਕਰ ਕਰਕੇ ਗਿਆ। ਅੱਛਾ, ਬਹੁਤ ਦੇਰ ਦੀ ਗੱਲ। ਉਹਨੂੰ ਲੋਕਾਂ ਦਾ ਬੁਰਾ ਸਾਰਾ ਵੀ ਕਿਹਾ। ਤਾਂ ਵਿੱਚ ਉਲਟ ਸੀ ਵਿੱਚ ਬੰਦੇ, ਹੁਣ ਜਾਣਦਾ ਤਾਂ ਉਹਨੂੰ ਕੋਈ ਹੈ ਹੀ ਨਾ। ਹਾਂ ਬਿਲਕੁਲ ਬਾਈ, ਤੁਸੀਂ ਭਗਤ ਸਿੰਘ ਉਹਨਾਂ ਨੂੰ ਮਾੜਾ ਜਿਹਾ ਦੇਖਿਆ? ਮਾੜਾ ਜਿਹਾ ਕਦੀ ਸ਼ਕਲ ਉਹਨਾਂ ਦੀ ਦੇਖੀ ਸੀ ਭਗਤ ਸਿੰਘ ਉਹਨਾਂ ਦੀ? ਹੈਂ, ਤੁਸੀਂ ਭਗਤ ਸਿੰਘ ਉਹਨਾਂ ਨੂੰ ਦੇਖਿਆ ਸੀ? ਹਾਂ, ਭਗਤ ਸਿੰਘ ਦੇਖਿਆ। ਭਗਤ ਸਿੰਘ ਸਾਰਿਆਂ ਭਰਾਵਾਂ, 6 ਭਰਾਵਾਂ ਨਾਲ ਮਦਰਸਾ ਮਦਰਾ ਸੀ, ਮਦਰਸਾ ਜੀ। ਬਾਕੀ ਸਾਰੇ ਬੜੇ ਬੜੇ ਕਾਲਜਾਂ ਲੱਗਦੇ। ਕੁਲਵੀਰ ਜਿਹੜਾ ਇੱਥੇ ਸਕਰ ਬੜੇ ਬੜੇ ਜਵਾਨ ਆਰੀਏ ਦੇ, ਆਰੀਆ ਸਮਾਜ, ਆਰੀਆ ਉਹਨਾਂ ਦੀ ਕਿਆ ਦੇਖਾ ਜੀ। ਉਹਦਾ ਐਦਾਂ ਆਪਣੀ ਜਾਨ ਕੋਈ ਨਹੀਂ ਦਿੰਦਾ। ਬਿਲਕੁਲ, ਜਿੱਦਾਂ ਭਗਤ ਸਿੰਘ ਨੂੰ ਜਾਨ ਦਿੱਤੀ ਆ, ਕੋਈ ਨਹੀਂ ਦਿੰਦਾ। ਤੁਹਾਨੂੰ ਇਸ ਗੱਲ ਦਾ ਮਾਣ ਆ, ਤੁਹਾਨੂੰ ਇਸ ਗੱਲ ਦਾ ਮਾਣ ਆ ਕਿ ਤੁਸੀਂ ਵੀ ਉਸ ਚੱਕ ਦੇ ਵਿੱਚ ਰਹੇ ਆ ਜਿੱਥੇ ਭਗਤ ਸਿੰਘ ਸੀਗਾ। ਹਾਂ, ਹੁਣ ਤੱਕ ਮੇਲਾ ਲੱਗਦਾ, ਫੜਾ ਬਣਿਆ ਆ, ਹਰ ਸਾਲ ਮੇਲਾ ਲੱਗਦਾ ਭਗਤ ਸਿੰਘ ਦਾ। ਪਿੰਡ ਦੇ ਦੁਆਲੇ ਚੱਕਰ ਕਰਦੇ ਆ, ਫੋਟੋ ਲੈ ਕੇ। ਥੋੜ੍ਹਾ ਜਿਹਾ ਕੰਮ ਥੋੜ੍ਹਾ ਹੁੰਦਾ ਖੂਹ ਹੀ, ਉੱਥੇ ਉਹਦੇ ਪਹਿਲੇ ਗਰਾਊਂਡ ਸੀਗਾ, ਖੂਹ ਲੱਗ ਗਿਆ ਉੱਥੇ, ਖੂਹ ਲਾ ਸਭ ਹੋ ਗਿਆ। ਅਸੀਂ ਨਿੱਕ ਛੋਟੇ ਛੋਟੇ ਹੁੰਦੇ ਸੀ। ਬਾਬਾ ਜੀ ਇਹਨਾਂ ਦੇ ਪਿਓ ਦਾ ਕੀ ਨਾਂ ਸੀ? ਕਿਸ਼ਨ ਸਿੰਘ। ਹੈਂ, ਬਾਪੂ ਦਾ ਨਾਂ ਕਿਸ਼ਨ ਸਿੰਘ ਸੀ? ਕਿਸ਼ਨ ਸਿੰਘ, ਕਿਸ਼ਨ ਸਿੰਘ। ਹਾਂਜੀ, ਹਾਂ, ਕਿਸ਼ਨ ਸਿੰਘ। ਚੰਗਾ ਬੰਦਾ ਸੀ? ਬਹੁਤ, ਮੇਰੀ ਬਹੁਤ। ਤਕੜੇ ਜ਼ਿਮੀਂਦਾਰ ਸੀਗੇ ਇਹ ਬੰਦੇ? ਹਾਂ, 12 ਖੇਤ ਆ ਉੱਥੇ, ਅੱਧਾ ਬਰਬਸ ਆ ਬਾਗ, ਉਹ ਵੀ ਸੁਧਾ ਬਾਗ ਹੈ ਯਾਰ, ਸੁਧਾ ਬਾਗ ਲਾਇਆ। ਉਹ ਕਹਿੰਦਾ ਸੀ ਕਰਦਾ ਮਰਬਾ, ਬਾਗ ਲਾਤਾ। ਤੁਸੀਂ ਪੜ੍ਹੇ ਕਿੱਥੇ ਆ? ਉਸੇ ਪਿੰਡ ਦੇ ਵਿੱਚ ਸਕੂਲ ਸੀਗਾ? ਹਾਂ, ਉੱਥੇ ਸਕੂਲ ਚੌਥੀ ਰਾਹੀਂ ਜੀ ਜੀ। ਫਿਰ ਅਵਾਗਤ ਬੰਗਲੇ ਪੜ੍ਹੇ। ਅਵਾਗਤ ਬੰਗਲੇ, ਠੀਕ ਹੈ ਜੀ। ਅਵਾਗਤ ਬੰਗਲੇ
ਸੁਰਜਨ ਪੁਰਾ ਆ ਖਟਕੜਾਂ ਦੇ ਸਰਦਾਰਾਂ ਦਾ ਜੀ ਜੀ ਉਸ ਸਕੂਲ ਬਣਾਇਆ ਅਤੇ ਬਲਬਾਗ ਤੋਂ ਲੱਗਿਆ ਸੀਗਾ ਡਿਪ ਕਮਿਸ਼ਨਰ ਕਮਿਸ਼ਨਰ ਲੱਗਿਆ ਸਭ 'ਤੇ ਠੀਕ ਹੈ ਤੁਹਾਡਾ ਤੁਹਾਡਾ ਦੋਸਤ ਕੌਣ ਸੀਗਾ ਭਗਤ ਸਿੰਘ ਦਾ ਕਿਹੜਾ ਭਰਾ ਭਗਤ ਸਿੰਘ ਭਰਾ ਰਣਵੀਰ ਕੁਲਤਾਰ ਰਣਵੀਰ ਰਜਿੰਦਰ ਰਜਿੰਦਰ ਰਣਵੀਰ ਦੋਵੇਂ ਮੇਰੇ ਨਾਲ ਪੜ੍ਹੇ ਚੌਥੀ ਚੌਥੀ ਪੜ੍ਹਨੂੰ ਹੁਸ਼ਿਆਰ ਹੁੰਦੇ ਸੀ ਉਹ ਹਾਂ ਪੜ੍ਹਨੂੰ ਚੰਗੇ ਸੀ ਹਾਂ ਉਦੋਂ ਤੁਸੀਂ ਭਗਤ ਸਿੰਘ ਹੁਣਾਂ ਦੀਆਂ ਗੱਲਾਂ ਸੁਣਦੇ ਹੁੰਦੇ ਸੀ ਕਿ ਭਗਤ ਸਿੰਘ ਹੁਣੀ ਫੜ ਹੋ ਗਏ ਭਗਤ ਸਿੰਘ ਹੁਣੀ ਬੰਬ ਸੁੱਟ ਦਿੱਤਾ ਅਸੈਂਬਲੀ 'ਚ ਘਰ ਰਹਿੰਦੀਆਂ ਉਹਨਾਂ ਨੂੰ ਫਾਸੀ ਦਿੱਤਾ ਭਗਤ ਸਿੰਘ ਨੂੰ ਉਹਨਾਂ ਨੇ ਘਰ ਰਹਿੰਦੀਆਂ ਸਾਨੂੰ ਸਭ ਪਤਾ ਲੱਗਾ ਅਸੀਂ ਛੋਟੇ ਛੋਟੇ ਭਗਤ ਸਿੰਘ ਸਾਰਿਆਂ ਨਾਲ ਮੰਨਦਾ ਸੀਗਾ ਬਾਕੀ ਭਰਾ ਸਾਰੇ ਜਵਾਨ ਲੰਬੇ ਘਰੀ ਭਗਤ ਸਿੰਘ ਉਹਨਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ ਮੌਕਾ ਨਹੀਂ ਜੀ 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 ਮੌਕਾ ਅਸੀਂ ਛੋਟੇ ਸੀ ਮੈਂ ਤਾਂ ਛੋਟਾ ਸੀਗਾ ਤਾਂ ਨਿਆਣੇ ਹੁੰਦੇ ਸੀ ਉਸ ਵੇਲੇ ਉਹ ਕੈਦ ਵਿੱਚ ਸੀ ਕੈਦ 'ਚ ਸੀ ਉਹ ਹਾਂ ਉਸ ਵੇਲੇ ਕੈਦ 'ਚ ਸੀਗੇ ਉਹਨਾਂ ਦਾ ਬਾਪ ਉਹਨੂੰ ਮੈਸਾਂ ਲੈ 100 ਮੈਸ ਬਹਿ ਕੇ ਦਿੱਤੀ 100 ਕੁ ਮਾਂ ਖਸਰੀਆਂ ਨਾਲ ਜ਼ਮੀਨ ਲਾਹੌਰ ਦੇ ਨਾਲ ਖਸਰੀਆਂ ਜੀ ਜੀ ਲਾਹੌਰ ਨਾਲ 100 ਕੁ ਮਾਂ ਜ਼ਮੀਨ ਉੱਥੇ ਲਈ ਉਹਦੇ ਬਾਪ ਨੇ ਮੈਸਾਂ ਲਈਆਂ ਅਤੇ ਇਹ ਇੱਧਰ ਛੱਡਦੇ ਲੈਣ ਛੱਡਦੇ ਮੈਸਾਂ ਚਾਰਿਆ ਕਰ ਮੈਸਾਂ ਛੱਡਦੀਆਂ ਨਾਲ ਨੌਕਰ ਰੱਖ ਦਿੱਤੇ ਬਹੁਤ ਬੜਾ ਕੰਮ ਕਰਕੇ ਦਿੱਤਾ ਉਹਨੂੰ ਉਹ ਕਹਿੰਦਾ ਨਹੀਂ ਮੈਂ ਤਾਂ ਕਹਿੰਦਾ ਇੱਦਾਂ ਹੀ ਚੌਂਹੀ ਟੋਲੀ ਸੀ ਭਗਤ ਸਿੰਘ ਸੁਖਦੇਵ ਪੰਜ ਬੰਦੇ ਇਕੱਠੇ ਹੋਏ ਅੰਗਰੇਜ਼ ਦੀ ਟੋਪੀ ਬਹਿ ਕੇ ਉਹਨਾਂ ਦੀ ਸੁਸਾਇਟੀ ਦੇ ਵਿੱਚ ਜਾ ਬੈਠਾ ਤਾਂ ਬੰਬ ਮਾਰਿਆ ਤਾ ਤਾਂ ਬੰਬ ਮਾਰ ਕੇ ਉੱਥੇ ਫੜ ਹੋ ਗਿਆ ਕਹਿੰਦਾ ਫੜ ਤਾਂ ਹੋਣਾ ਹੀ ਹੈ ਫੜ ਹੋ ਗਿਆ ਹੈਲ ਲੈ ਕੇ ਮਜਲਿਸ ਵਿੱਚ ਜਾ ਕੇ ਬੈਠ ਸਕੋ ਨਹੀਂ ਉੱਦਾਂ ਉਹਨੂੰ ਮੌਕਾ ਤਾਂ ਮਿਲਦਾ ਮੌਕਾ ਹੀ ਨਹੀਂ ਮਿਲਦਾ ਬੰਬ ਮਾਰਨ ਦਾ ਬਾਬਾ ਜਦੋਂ ਉਹਨਾਂ ਨੂੰ ਫਾਂਸੀ ਹੋਈ ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਸੀ ਚੌਥੀ 'ਚ ਉਹ ਪੜ੍ਹਦੇ ਕਿੱਥੇ ਸੀਗੇ ਜਦ ਫਾਂਸੀ ਹੋਈ ਜਦ ਤਾਂ ਛੋਟੇ ਸੀ ਅੱਛਾ 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 ਬਹੁਤ ਦੇਰ ਦੀ ਗੱਲ ਆ ਇਹਦਾ ਮਤਲਬ ਤੁਹਾਡਾ ਜਨਮ ਆ 20-22 ਦਾ ਆ ਹਾਂ ਤੁਸੀਂ 100 ਸਾਲ ਦੇ ਕਰੀਬ ਤੁਹਾਡੀ ਉਮਰ ਹੋਈ ਆ ਸੌ ਦੇ ਉੱਪਰ ਜਾਂਦੇ ਆ ਮੁੜ ਕੇ ਕੋਈ ਉਹਨਾਂ ਦੇ ਪਰਿਵਾਰ ਦਾ ਮਿਲਿਆ ਮੁੜ ਕੇ ਉਹਨਾਂ ਦੇ ਪਰਿਵਾਰ ਦਾ ਮਿਲਣਾ ਕਹਿੰਦਾ ਸੀਗਾ 2 ਭਰਾ ਮੇਰੇ ਤਾਂ ਪੜ੍ਹਦੇ ਸੀਗੇ ਜੀ ਜੀ ਰਣਵੀਰ ਤਾਂ ਰਜਿੰਦਰ ਚੌਥੀ 'ਚ ਮੇਰੇ ਨਾਲ ਪੜ੍ਹੇ ਸਾਡੇ ਫਿਰ ਚੌਥੀ ਤੱਕ ਸਕੂਲ ਸੀਗਾ ਉਸ ਵੇਲੇ ਫਿਰ ਉੱਥੋਂ ਹਵਾਗਤ ਮੰਗਣੇ ਸੁਰਜਨਪੁਰਾ ਅਤੇ ਤੁਹਾਡਾ ਕੰਮ ਕੀ ਸੀ ਉੱਥੇ ਤੁਹਾਡੇ ਬਜ਼ੁਰਗਾਂ ਦਾ ਕੰਮ ਸਾਡੇ ਬਜ਼ੁਰਗਾਂ ਦਾ ਕੰਮ ਲੱਕੜੀ ਦਾ ਪਹੀਏ ਬਣਾਉਣੇ ਗੱਡੀਆਂ ਦੇ ਪਹੀਏ ਸੇਪੀ ਦਾ ਕੰਮ ਸੀ ਸੇਪੀ ਦੇ ਮਗਰੋਂ ਕੀਤੀ ਸੇਪੀ ਦੇ ਮਗਰੋਂ ਮਰਦੀ ਲੋਕਾਂ ਨੇ ਫਾਹੇ ਦਿੱਤੇ ਆ ਇਹਨਾਂ ਦਾ ਕਰਦੇ ਅਤੇ ਭਗਤ ਸਿੰਘ ਉਹਨਾਂ ਦੇ ਗੱਡੇ ਵੀ ਤੁਸੀਂ ਬਣਾਉਂਦੇ ਹੋਣੇ ਉਹਨਾਂ ਦੇ ਟੱਬਰ ਦੇ ਵੀ ਹਾਂ ਭਗਤ ਸਿੰਘ ਉਹ ਕੰਮ ਕਰਦੇ ਸੀਗੇ ਅੱਛਾ ਜੀ ਉਹ ਇਹ 2 ਭਰਾ ਮੇਰੇ ਨਾਲ ਪੜ੍ਹਦੇ ਜਿਹੜੇ ਬੜੇ ਸੀ ਕੁਲਤਾਰ ਕੁਲਵੀਰ ਇਹ ਤਾਰਾਂ ਤੋੜ ਦੇਣੀਆਂ ਸਾਰੀਆਂ ਲੈਂਦਾ ਤਾਰਾਂ ਖੰਭੇ ਲਾ ਕਹਿੰਦੇ ਉਹਨੇ ਤੋੜ ਦੇਣੇ ਅੱਛਾ ਜੀ ਅੱਛਾ ਜੀ ਗੌਰਮੈਂਟ ਨੂੰ ਤੰਗ ਕਰਨਾ ਅੱਛਾ ਉਹ ਵੀ ਇੱਦਾਂ ਹੀ ਕਰਦੇ ਸੀ ਤੰਗ ਹਾਂ
ਹੁਣ ਮੈਨੂੰ ਤੰਗ ਕਰਨਾ। ਦੋ ਸਫਾਈ ਰਹਿੰਦੇ ਸੀ ਨਾ ਇਹਨਾਂ ਦੇ, ਦੋ ਸਫਾਈ ਰਹਿੰਦੇ ਸੀ, ਦੋ ਸਫਾਈ ਚੰਗਾ ਫਾਹਾ ਪਾਇਆ ਸੀ ਇਹਨਾਂ ਨੇ 105 ਬੰਗੇ ਵਾਲਿਆਂ ਨੇ। ਹਾਂ ਬਾਬੇ, ਉਸ ਪਿੰਡ 'ਚ ਮੁਸਲਮਾਨ ਵੀ ਸੀਗੇ? ਹੋ ਕੋਈ ਨਾਂ ਦੱਸੋ ਤਾਂ ਦੋ ਚਾਰ, ਮੁਸਲਮਾਨਾਂ ਦੇ ਨਾਂ ਦੱਸੋ ਤਾਂ ਦੋ ਚਾਰਾਂ ਦੇ। ਮੁਸਲਮਾਨ ਮੌਲਾ ਫੇਮੀ, ਬਖਸ਼ੀ ਫੇਮੀ, ਤੇਲੀਆਂ ਵੇ, ਮੌਲਾ ਤੇਲੀ, ਹਾਂ ਬਖਸ਼ਾ, ਹਾਂ ਸਾਰਾ ਜਿਮੀਦਾਰਾ, ਜਿਮੀਦਾਰਾ ਕਰਦੇ ਸੀ ਸਾਰੀ। ਹਾਂ ਇੱਧਰੋਂ ਇੱਧਰੋਂ ਕਿਹੜੇ ਪਿੰਡੋਂ ਗਏ ਸੀ ਮੌਲੇ ਹੋਣੀ? ਮੌਲੇ ਹੋਣੀ ਉੱਧਰੋਂ ਜਲੰਧਰ ਤੋਂ, ਜਲੰਧਰ ਤੋਂ ਗਏ ਸੀ। ਜਲੰਧਰ ਜਿੱਦਾਂ ਕਹਿੰਦੇ ਕੰਧ ਕੰਧ ਪਿੰਡ ਦੀ ਦੋ ਦੋ ਕਈ ਦੋ ਦੋ ਕਰ ਗਏ ਉੱਥੇ ਤਾਂ। ਹਾਂਜੀ ਬਹੁਤ ਪਿੰਡਾਂ ਦੇ, ਬਹੁਤ ਪਿੰਡਾਂ ਦੇ ਇਕੱਠੇ ਹੋਏ ਲੋਕਾਂ ਦੇ ਵਿੱਚ। ਇੱਜ਼ਤ ਸੀ ਇਹਨਾਂ ਦੀ ਭਗਤ ਸਿੰਘ ਦੇ ਟੱਬਰ ਦੀ, ਲੋਕ ਇੱਜ਼ਤ ਕਰਦੇ ਸੀ। ਬੋਲੇ ਇੱਜ਼ਤ ਛੱਡ ਕੇ ਉਹ ਕੰਮੇ ਨਾਲ ਕਰਦੇ ਭਗਤ ਸੋਹਣੀ, ਉਹ ਤਾਂ ਕੰਮੇ ਕੁਛ ਨਹੀਂ ਕਰਦੇ ਨੀ। ਅੱਧਾ ਬਾਲਾ ਖੇਤ ਬਾਗ ਲਾਇਆ ਸੀਗਾ, ਮਾਲ ਅੰਬ ਬੂਟੇ ਹੋਰ ਸਭ ਕੁਛ, ਫਿਰ ਫਲ ਫਰੂਟ ਲਾਇਓ, ਉਹ ਜਿਮੀਦਾਰ, ਉਹ ਜਿਮੀਦਾਰ ਕਰਦੇ ਸੀ, ਕੱਖ ਵੀ ਨਹੀਂ ਕਰਦੇ। ਉਹ ਬਤਾਰਾ ਤੋੜ ਦੇਣੀਆਂ, ਗੌਰਮੈਂਟ ਦਾ ਮੁਕਾਬਲਾ ਕਰਨਾ, ਗੌਰਮੈਂਟ ਤੰਗ ਕਰਨਾ ਕਰਨਾ। ਉਹ ਕਹਿੰਦੇ ਫੜੋ ਸਾਨੂੰ, ਮਗਰ ਸਿਪਾਹੀ ਛੱਡਿਓ, ਫਿਰ ਸਿਪਾਹੀ ਸਿਪਾਹੀ ਛੱਡੇ ਰਹਿੰਦੇ ਘਰੇ ਮਗਰ। ਇੱਕ ਤਾਂ ਬਾਬਾ ਜੀ ਇਹ ਸਾਰੇ ਖਟਕੜ ਕਲਾਂ ਤੋਂ ਗਏ ਹੋ ਸੀ ਤੁਹਾਡੇ ਪਿੰਡ ਦੇ ਜੱਟ, ਜਾਂ ਹੋਰ ਪਿੰਡਾਂ 'ਚ ਵੀ ਗਏ ਹੋ ਸੀ? ਹਾਂ ਹੋਰ ਬਹੁਤ। ਕਿਹੜੇ ਕਿਹੜੇ ਪਿੰਡੋਂ ਗਏ ਸੀ? ਬੰਗਿਆਂ ਦੇ, ਬੰਗਿਆਂ ਦੇ ਸੀਗੇ। ਹਾਂ ਪਹਿਲਾਂ ਬੰਗਿਆਂ ਦੇ, ਖੜਖੜਾਂ ਦੇ, ਤਾਂ ਲੁਹਾਰ ਪ੍ਰਤਾਪ ਦੇ, ਇੱਕ ਪਿੰਡ ਥੋੜ੍ਹਾ ਦਾ ਕੱਲੇ ਕੱਲੇ ਪਿੰਡ ਦੇ ਇੱਕ ਇੱਕ ਦੋ ਦੋ ਘਰ। ਅਤੇ ਤਕੜਾ ਜ਼ਿਮੀਦਾਰ ਕੌਣ ਸੀ ਉੱਥੇ? ਤਕੜਾ ਜ਼ਿਮੀਦਾਰ ਜਿਹੜਾ ਸੀਗਾ ਉਹ ਸਰਦਾਰ ਮੰਗਲ ਸਿੰਘ ਖਟਕੜਾਂ ਦੇ, ਦਲਬਾਗ ਸਿੰਘ ਦਾ ਡਿਪਟੀ ਕਮਿਸ਼ਨਰ ਦਲਬਾਗ ਸਿੰਘ ਉਸ ਵੇਲੇ। ਵਾਹ ਜੀ ਵਾਹ। ਹਾਂ ਕਮਿਸ਼ਨਰ ਖਟਕੜਾਂ ਦਾ, ਉਹਦਾ ਭਰਾ ਭਤੀਜਾ ਮੰਗਲ ਸਿੰਘ ਨੰਬਰਦਾਰ, ਚਾਰ ਮੁਰੱਬੇ, ਚਾਰ ਮੁਰੱਬੇ, 25 ਕਿੱਲੇ ਦਾ ਮੁਰੱਬਾ, ਨਹਿਰ ਦਾ ਨੱਕਾ ਵੜ ਦੇਣਾ ਉੱਦਾਂ ਹੀ ਕਹੀਆਂ ਕਹੀਆਂ ਨਾਲ, ਮਹਿਕਮੇ ਵਾਲੇ ਕੁਛ ਵੀ ਨਹੀਂ ਕਰਦੇ। ਨਹਿਰ ਚੱਲਦੀ ਵੱਢ ਕੇ ਵੱਢਣੀ, ਚਾਰ ਮੁਰੱਬੇ ਦਾ ਪਾਣੀ ਘੋੜੇ ਬੜੇ ਰਹਿਣਾ, ਬੜੇ ਬੜੇ ਬੰਦੇ, ਬੜੇ ਬੜੇ ਬੰਦੇ ਸਾਡੇ ਬੁੜੇ ਨਾਲ ਖਲਾ ਬੜੀ ਹੋ ਗਈ। ਕਿਹਨਾਂ ਨਾਲ? ਸਾਡੇ ਦਾ, ਸਾਡੇ ਬਾਪ ਨਾਲ। ਕਿਹਦੀ? ਮੰਗਲ ਸਿੰਘ। ਅੱਛਾ ਹੋ ਗਈ ਖਟਬੜੀ। ਖਟਕੜਾਂ ਦੇ ਉੱਥੇ ਦੇ ਨੰਬਰਦਾਰ ਸੀ, ਚਾਰ ਮੁਰੱਬੇ ਜੀ, ਉਹਨਾਂ ਜਿਹੜੇ ਕੰਮ ਕਰਾਉਂਦੇ ਸੀਗੇ ਉਹਨਾਂ ਨੇ ਕੁਛ ਦੇਣਾ ਨਹੀਂ ਸਾਨੂੰ, ਤਾਂ ਬੁੜੇ ਸਾਡੇ ਕਹਿੰਦੇ ਅਸੀਂ ਖਾਈਏ ਗਿਆ। ਬਿਲਕੁਲ ਸਾਡੇ ਕੋਲ ਕਿਆ ਆਇਆ ਸਾਡਾ ਮੁਰੱਬਾ ਕੋਈ, ਕਿਆ ਖਾਈਏ, ਅਸੀਂ ਕੰਮ ਕਰਨਾ। ਉਹਨੇ ਸਾਡੀ ਸ਼ਿਕਾਇਤ ਕਰਦੇ ਸੀ ਨੰਗਲ ਸਗੋਂ, ਉਹ ਘੋੜੇ ਘੋੜੇ ਵਰੇ ਰਹਿੰਦਾ ਸਾ, ਘੋੜੇ ਵਜਾ ਰਹਿਣਾ 24 ਘੰਟੇ, ਚੌਂ ਮੁਰੱਬਿਆਂ ਦਾ ਚੱਕਰ ਚੁੱਕਰ ਲਾਉਣਾ। ਉਹ ਆਇਆ ਅੱਧਾ ਸੜਕ ਖੜਾ ਖੜਾ, ਆਵੇ ਮੇਸਰੀ ਆਸ ਬਸੰਤ ਸਿੰਘ ਬੋਲਾ, ਕਹਿੰਦਾ ਮੇਰਾ ਕੰਮ ਨਹੀਂ ਕਰਦੇ, ਫਸੇ ਫਿਰਦੇ ਆ। ਮੈਂ ਤੂੰ ਹੋਈ ਬਹਿਸ ਹੋਈ, ਉਹ ਕਹਿੰਦਾ ਜੀ ਅਸੀਂ ਖਾਣਾ ਕਿਹਾ ਆ, ਸਾਨੂੰ ਖਾਣ ਨੂੰ ਨਹੀਂ ਮਿਲ ਰਿਹਾ, ਅਸੀਂ ਕੰਮ ਕਿਉਂ ਕਰੀਏ? ਠੀਕ ਹੈ ਗੱਲ। ਅਸੀਂ ਕਿਆ ਸੱਤ ਫਾਲੇ ਜਾਂਦੇ ਹਾਂ, ਕਿੱਥੋਂ ਜਾਂਦੀਏ, ਕਿਆ ਕਰੀਏ, ਸੱਤ ਨਹੀਂ ਬਸ ਨਹੀਂ ਕਰਨਾ। ਹਾਂ ਉਹ ਚਲ ਚੌਂ ਮਨ ਬਣੀ ਤਾਂ ਦੱਸਦਾ, ਅਤੇ ਮੇਰੇ ਕੋਲ ਚਾਰ ਮਨ ਬਣੇ ਪੰਜ, ਸਾਰਾ ਪਿੰਡ ਮੇਰੇ ਮਰਾ ਗੋਆ ਬਣਦੇ ਆ।
ਬਾਈ ਆ ਧਰਮੀ ਵੀ ਰਹਿੰਦੇ ਸੀ ਉੱਥੇ, ਆ ਧਰਮੀ ਖੱਡੀਆਂ ਬੁਣਨ ਵਾਲੇ ਇੱਕ ਥੋੜ੍ਹੇ ਜਿਹੇ, ਆ ਸਾਰਾ ਹੀ ਆ ਪਿੰਡ ਜਿਹੜਾ ਸਤਨੌਰ ਬਲੇਸਰੋਂ, ਹਾਂਜੀ ਬਲੇਸਰੋਂ ਦੇ ਬੰਦੇ ਉੱਥੇ ਸੀਗੇ, ਉੱਥੇ ਦੇ। ਅੱਛਾ, ਉੱਥੇ ਤਾਂ 100 ਪਿੰਡ ਦਾ ਧੰਦਾ ਹੋਊਗਾ, ਦੋ ਦੋ ਘਰ, ਇੱਕ ਇੱਕ ਦੋ ਦੋ ਘਰ ਹਰੇਕ ਪਿੰਡ ਦੇ। ਬਾਬਾ ਜੀ ਉਹਨਾਂ ਦਾ ਘਰ ਯਾਦ ਆ ਤੁਹਾਨੂੰ, ਭਗਤ ਸਿੰਘ ਹੋਣਾ ਦਾ, ਉਹਦੇ ਘਰ 'ਚ ਬੇਰੀ ਆ, ਹਾਂ ਯਾਦ ਆ? ਹਾਂ ਭਗਤ ਸਿੰਘ ਦਾ ਘਰ ਯਾਦ ਨੇ, ਅਸੀਂ ਰਹਿੰਦੇ ਉੱਥੇ ਛੋਟੇ ਛੋਟੇ, ਉਹਦੇ ਜਿਹੜੇ ਮੇਰੇ ਨਾਲ ਪੜ੍ਹਦੇ ਸੀ ਉਹ ਉੱਥੇ ਬਹਿ ਜਾਂਦੇ ਸੀ। ਉਹਨਾਂ ਦੀ ਮਾਂ ਚੇਤੇ ਆ? ਮਾਂ ਹਾਂ ਚੰਗੀ ਸੀ ਸੁਭਾਅ ਦੀ ਮਾਂ, ਮਾਂ ਉਹਨਾਂ ਦੀ ਸਭ ਕੁਛ, ਚਾਰ ਇੱਕ ਮਾਂ ਸੁਣੋ, ਤਿੰਨ ਚਾਰ ਚਾਚੀਆਂ ਰਹਿੰਦੀਆਂ, ਹਾਂ ਅਜੀਤ ਕੌਰ ਦੀ, ਅਜੀਤ ਸਿੰਘ ਦੀ ਘਰ ਵਾਲੀ ਵੀ ਹੋਣੀ ਆ, ਸਵਰਨ ਸਿੰਘ ਦੀ ਘਰ ਵਾਲੀ ਵੀ ਹੋਣੀ ਆ। ਹਾਂ ਅੱਛਾ ਅੱਛਾ, ਗੱਲ ਸਹੀ ਆ ਜੀ, ਤਿੰਨ ਚਾਰ ਰਹਿੰਦੀਆਂ, ਬਿਲਕੁਲ ਤੀਵੀਆਂ ਤੀਵੀਆਂ ਗਈਆਂ, ਉਹਨਾਂ ਦਾ ਕਿਹੜਾ ਦੇਖਾ। ਹੋਰ ਬਾਬਾ ਜੀ ਉਸ ਪਿੰਡ ਦੀ ਗੱਲ ਸੁਣਾਓ ਪੁਰਾਣੀ। ਪੁਰਾਣੀ ਕਿਆ, 47 'ਚ ਕੀ ਬਣਿਆ ਫਿਰ, 1947 ਦੇ ਵਿੱਚ ਕਿੱਦਾਂ ਉੱਜੜੇ ਉੱਥੋਂ? 47 ਦੇ, ਹਾਂਜੀ 47 ਦੇ ਪਹਿਲਾਂ ਆ ਗਏ ਸੀ ਅਸੀਂ, ਹਾਂਜੀ ਅਸੀਂ ਆ ਗਏ ਸੀ ਸੈਂਤੀ 'ਚ। ਅੱਛਾ ਪਹਿਲਾਂ ਆ ਗਏ ਸੈਂਤੀ, ਪਹਿਲਾਂ ਉਹ ਕਹਿੰਦੇ ਅਸੀਂ ਮੁੰਡੇ ਦਾ ਵਿਆਹ ਕਰਨਾ, ਮੈਨੂੰ ਕਹਿੰਦੇ। ਅੱਛਾ ਜੀ, ਮੇਰਾ ਵਿਆਹ ਰੱਖਿਆ, ਮਾਂ ਸਾਡੀ ਕਹਿੰਦੀ ਵੀ ਵਿਆਹ ਕਰਨਾ, ਮੈਂ ਇੱਥੇ ਨਹੀਂ ਕਰਨਾ ਵਿਆਹ। ਅੱਛਾ ਪਿੰਡ ਜਾ ਕੇ ਕਰਨਾ, ਇੱਥੇ ਲੋਕਾਂ ਦੇ ਬੰਨ ਬੰਨ ਦੀ ਲੱਕੜੀ ਇਕੱਠੀ ਹੋਈ ਵਾ, ਸਾਨੂੰ ਕੋਈ ਜਾਣਦਾ ਨਾ ਬੁੱਝਦਾ ਨਾ, ਸਾਨੂੰ ਅਸੀਂ ਆਪਣੇ ਪਿੰਡ ਜਾ ਕੇ ਕਰਾਂਗੇ, ਆਪਣੇ ਸਰੀਕੇ 'ਚ ਕਰਾਂਗੇ। ਅੱਛਾ ਅੱਛਾ ਅੱਛਾ, ਹੈਂ ਉਹ ਫਿਰ ਉੱਥੇ ਸਮਾਨ ਕਿੱਦਾਂ ਆਉਣਾ ਸਾ ਜੀ, ਇੰਨਾ ਸਮਾਨ ਨਾ ਸਾ ਸਕਦਾ, ਖਲਾਸ ਲੱਗੇ ਉਸੇ, ਬੜੇ ਬੜੇ ਕੰਮ ਭਾਰੇ ਕੀਤੇ ਉਸੇ, ਤਿੰਨ ਭਰਾ ਸੀ, ਛੋਟਾ ਭਰਾ ਛੱਡਿਆ ਜਾਂਦਾ ਉੱਥੇ ਸਮਾਨ ਕੋਲ ਛੱਡਿਆ ਜਾਂਦਾ। ਕੀ ਨਾਂ ਸੀ ਉਹਦਾ ਜਿਹੜਾ ਛੱਡਿਆ ਜਾਂਦਾ? ਉਹਦਾ ਰਤਨ ਸਿੰਘ ਸੀਗਾ। ਤੁਹਾਡਾ ਕੀ ਨਾਂ ਆ ਬਾਬਾ ਜੀ? ਮੇਰਾ ਨਾਂ ਹਰਬੰਸ। ਅਤੇ ਤੁਹਾਡੇ ਪਿਤਾ ਜੀ ਦਾ ਕੀ ਨਾਂ ਸੀਗਾ? ਨਾਂ ਸੀਗਾ ਫਕੀਰ ਚੰਦ। ਅਤੇ ਬਾਬਾ ਜੀ ਜਦੋਂ 47 ਦੇ ਵਿੱਚ ਰੌਲੇ ਪਏ ਆ, ਤੁਸੀਂ ਫਿਰ ਰਾਮਪੁਰ ਬਿੱਲੜੋ ਸੀਗੇ? 47 ਜੇ, ਹਾਂਜੀ ਸਾਨੂੰ 47 ਇਸ ਵੇਲੇ ਸੀ ਇੱਥੇ ਤੇ। ਇੱਥੇ ਵੀ ਕਹਿੰਦੇ ਮੁਸਲਮਾਨ ਬਹੁਤ ਸੀਗੇ, ਇੱਥੇ ਸੀਗੇ ਮੁਸਲਮਾਨ ਸੀ। ਇੱਥੇ ਦੇ ਕਿਸੇ ਮੁਸਲਮਾਨ ਦੇ ਨਾਂ ਚੇਤੇ ਆ? ਹਾਂ ਦੱਸੋ ਤਾਂ। ਬੇਬੀਆਂ ਦੇ ਮੇਰਾ ਬੇਬੀ ਇੱਥੇ, ਮੌਲਾ ਬੇਬੀ, ਤਾਂ 6-7 ਤੱਕ ਉਹਨੂੰ ਸਿੱਖ ਲੱਕੜੀ ਦੇ ਚੱਲਦੇ। ਅੱਛਾ ਜੀ, ਬੇਬੀਆਂ ਦੇ ਹੋਰ ਘਰਾਟ ਵੀ ਸੀਗੇ? ਘਰਾਟ ਘਰਾਟ ਨਹੀਂ ਸੀ, ਘਰਾਟ ਨਹੀਂ ਚੱਲਦੇ ਸੀ ਸਾਡੇ, ਆ ਚੱਕੀਆਂ ਇੰਨੇ ਤੇਲ ਨਾ ਚੱਲਦੇ। ਅੱਛਾ, ਪਹਿਲਾਂ ਚੱਕੀ ਇੱਥੇ ਬੇਬੀਆਂ ਨੇ ਲਾਈ ਸਾਰਾ ਪਹਿਲਾਂ, ਫਿਰ ਉਹ ਜਗ੍ਹਾ ਬੇਬੀਆਂ ਇੰਜਣ ਇੱਥੇ ਕਿੱਥੇ ਬਣਾਇਆ ਸੀ ਨਵਾਜ਼ ਸ਼ਰੀਫ ਦੇ? ਨਵਾਜ਼ ਸ਼ਰੀਫ ਜਿਹੜਾ ਉਹ ਬਾਕੇ ਉਹ ਬਣਾਉਂਦੇ ਸੀ ਇੱਥੇ, ਹਾਲੇ ਪਿਆ ਨਾ ਤੂੰ। ਅੱਛਾ ਇੰਜਣ ਵੀ ਸੀਗਾ ਤੁਹਾਡੇ ਤੋਂ ਉੱਥੇ ਜਾਂ ਇੱਥੇ ਇੰਜਣ ਸੀਗਾ? ਇੰਜਣ ਜਿਹੜਾ ਇੰਜਣ ਸੀ ਤੁਹਾਡੇ ਕੋਲ ਉਹ ਲਾਹੌਰ ਤੋਂ ਲਿਆ ਸੀ ਇੰਜਣ? ਇੰਜਣ ਹਾਂਜੀ ਇੰਜਣ ਲਿਆ ਸੀਗਾ, ਉਹ ਇਹਨਾਂ ਨੂੰ ਉੱਥੇ ਲੱਗਾ ਲਗਾਇਆ ਗਿਆ ਸੀਗਾ, ਆਪਣੇ ਬੰਗਾ ਬੰਗੇ ਦੇ ਪੜਾ ਪੜੇ ਸੀਗਾ, ਬੈਲਪੁਰ ਵਿਚਾਲੇ ਛੱਡ ਕੇ ਕਾਫੀ ਦੂਰ ਸੀਗਾ, 10-12 ਮੀਲ ਉਹ ਪਿੰਡ, ਉੱਥੇ 5 ਮਰਬੇ ਸੀਗੇ ਇਹਨੂੰ ਸਾਡੇ ਸਾਡੇ ਇੱਥੇ ਕਿਸੇ
ਮੈਂਬਰਦਾਰ ਪੰਜ ਮੈਂਬਰਦਾਰ ਉੱਥੇ ਸੀਗੇ ਜਿੱਥੇ ਸਾਰੇ ਅਸੀਂ ਇੰਡੀਆ ਲਏ ਆ ਜਾ ਕੇ ਕੁਦਰਤੀ ਜਾ ਕੇ ਸਾਨੂੰ ਵੀ ਪਤਾ ਨਾ ਸਾ ਉਹ ਸਾਰਾ ਘਾਟਾ ਖਾਧਾ ਇੰਨਾ ਨੂੰ ਜਾਣਦੇ ਨਾ ਸੀ ਅਸੀਂ ਇੰਨਾ ਲੈ ਲਿਆ ਉੱਦਾਂ ਹੀ ਜਾ ਕੇ ਇੱਥੇ ਜਿੱਥੇ ਪੜ੍ਹਦੇ ਸੀਗੇ ਉੱਥੇ ਭਗਤ ਸਿੰਘ ਸ਼ਹੀਦ ਦੇ ਇੰਜਣ ਲੱਗਾਇਆ ਸੀਗਾ ਭਗਤ ਸਿੰਘ ਸ਼ਹੀਦ ਦੇ ਚੱਕੀ ਲੱਗੀ ਸੀ ਠੇਕੇ ਦਿੱਤੀ ਸੀ ਉੱਥੋਂ ਆਦਤ ਪੈ ਗਈ ਸਾਨੂੰ ਸਕੂਲ ਸਾਡੇ ਸਕੂਲ ਦੇ ਨਾਲ ਅਸੀਂ ਕਹਿ ਪੜ੍ਹਨਾ ਵੀ ਬਹਿਨੇ ਪੜ੍ਹਨਾ ਹੀ ਫਜ਼ੂਲ ਵਾ ਸਾਡਾ ਕੰਮ ਇਹ ਠੀਕ ਵਾ ਉਹ ਜਿਹਨਾਂ ਤੋਂ ਤੁਸੀਂ ਪੜ੍ਹਦੇ ਸੀ ਉਹਨਾਂ ਟੀਚਰਾਂ ਦੇ ਨਾਂ ਯਾਦ ਆ ਹਾਂ ਤੁਹਾਡੇ ਉਸਤਾਦ ਕਿਹੜੇ ਸੀਗੇ ਸਾਡੇ ਗੁਲਾਮ ਨਬੀ ਗੁਲਾਮ ਨਬੀ ਮੁਸਲਮਾਨ ਮਾਸਟਰ ਗੁਲਾਮ ਨਬੀ ਹੋਰ ਢੇਰਾ ਸੋ ਮਾਸਟਰ ਢੇਰਾ ਸੋ ਅਤੇ ਮੋਹਰੇ ਵੀ ਥੋੜ੍ਹਾ ਚਿਰ ਪੜ੍ਹੇ ਸਾਲ ਦੋ ਸਾਲ ਫਿਰ ਗੁਲਾਮ ਨਬੀ ਦੇ ਮੋਹਰੇ ਪੜ੍ਹੇ ਚੌਥੀ ਤੱਕ ਸਾਡੇ ਪਿੰਡ ਸੀਗਾ ਫਿਰ ਸਾਨੂੰ ਆਵਾਗਤ ਬੰਗਲੇ ਗਾਣਾ ਪਿਆ ਕਰੇ ਉੱਥੇ ਕੌਣ ਸੀ ਬਣਾਉਂਦੇ ਆਵਾਗਤ ਬੰਗਲੇ ਤਾਂ ਤਿੰਨ ਚਾਰ ਮਾਸਟਰ ਹੈਡ ਮਾਸਟਰ ਸੀਗੇ ਉਹ ਉੱਥੇ ਅੱਠਵੀਂ ਦਾ ਹੀ ਸਕੂਲ ਸੀਗਾ ਸਾਡੇ ਪਿੰਡ ਦਾ ਚੌਥੀ ਦਾ ਹੀ ਸੀਗਾ ਹਾਂਜੀ ਹੁਣ ਦੱਸੋ ਜੀ ਕੋਈ ਹੋਰ ਗੱਲ ਇਹ ਕਹਿੰਦੇ ਇੰਜਣ ਜਿਹੜਾ ਤੁਹਾਡੇ ਕੋਲ ਆ ਉਹ ਨਵਾਜ਼ ਸ਼ਰੀਫ ਦੇ ਪਿਓ ਦਾ ਬਣਾਇਆ ਆ ਜਿਹੜਾ ਨਵਾਜ਼ ਸ਼ਰੀਫ ਸੀ ਪ੍ਰਧਾਨ ਮੰਤਰੀ ਪਾਕਿਸਤਾਨ ਦਾ ਉਹਦੇ ਪਿਓ ਦਾ ਬਣਾਇਆ ਸੀ ਸ਼ਰੀਫ ਦਾ ਪਾਕਿਸਤਾਨ ਚਲੋ ਹੁਣ ਇਹਨਾਂ ਨੂੰ ਇੱਦਾਂ ਨਹੀਂ ਪਤਾ ਲੱਗਣਾ ਚਲੋ ਚਲੋ ਬਾਬਾ ਜੀ ਕੋਈ ਹੋਰ ਗੱਲ ਯਾਦ ਆਉਂਦੀ ਪੁਰਾਣੀ ਯਾਦ ਕਰਦੇ ਹਾਂ ਉਹ ਦਿਨ ਜਦੋਂ ਭਗਤ ਸਿੰਘ ਨੂੰ ਫਾਂਸੀ ਲੱਗੀ ਬੁੜੀਆਂ ਰੋਂਦੀਆਂ ਰੋਂਦੀਆਂ ਉਹਨਾਂ ਦੇ ਘਰਾਂ ਨੂੰ ਗਈਆਂ ਫਾਂਸੀ ਲੱਗ ਗਏ ਭਗਤ ਸਿੰਘ ਸੁਣਿਆ ਸੁਣਿਆ ਅਤੇ ਭਗਤ ਸਿੰਘ ਛੋੜ ਛੋੜੇ ਦੇਖਣ ਗਏ ਤਾਂ ਕਹਿੰਦੇ ਭਗਤ ਸਿੰਘ ਨੂੰ ਫਾਂਸੀ ਲੱਗ ਗਈ ਆ ਇਸ ਕਰਕੇ ਰੋਂਦੀਆਂ ਅਸੀਂ ਚੁੱਪ ਕਰਕੇ ਫਿਰ ਮੁੰਡੇ ਆਏ ਤਾਂ ਭਗਤ ਸਿੰਘ ਉਹਦੇ ਅੱਖਾਂ ਨੇ ਪੱਤਾ ਕਰਕੇ ਸਰੀਆ ਅੱਖਾਂ 'ਚ ਪਹਿਲਾਂ ਮੈਂ ਬਗ ਫਿਰ ਇਹਦੇ ਫਿਰ ਤੂੰ ਛੱਡ ਦੇ ਲੈਨ ਛੱਡ ਦੇ ਉਹ ਕਹਿੰਦਾ ਅਤੇ ਤੁਸੀਂ ਛੱਡ ਕੇ ਚਲੇ ਜਾਓ ਤੁਸੀਂ ਛੱਡੋ ਹਕੂਮਤ ਛੱਡੋ ਛੱਡ ਦਿੰਦੇ ਹਾਂ ਤੁਸੀਂ ਸਾਡੇ ਨਹੀਂ ਉਹ ਤਾਂ ਫਿਰ ਅਸੈਂਬਲੀ 'ਚ ਹੈਜ ਬਣਾ ਕੇ ਅਤੇ ਭਗਤ ਸਿੰਘ ਦੱਤ ਗੁਰੂ ਸੁਖਦੇਵ ਪੰਜਾਬੀ ਪਾਰਟੀ ਬਣਾਈ ਜੁਦੀ ਭਗਤ ਸਿੰਘ ਨੇ ਉਹ ਬਣਾ ਕੇ ਉਹਨੇ ਪਤਾ ਸੀ ਅਸੈਂਬਲੀ 'ਚ ਅੱਜ ਇਕੱਠੇ ਹੋਣਾ ਇਹਨਾਂ ਨੇ ਉਹਨਾਂ ਦੇ ਹੈਜ ਉਹਨਾਂ ਦੀ ਸ਼ਕਲ ਬਣਾ ਕੇ ਅਸੈਂਬਲੀ ਜਾ ਕੇ ਬੈਠ ਗਏ ਹਾਂ ਬੰਬ ਮਾਰ ਲਿਆ ਤਾ ਨਹੀਂ ਫਿਰ ਉੱਥੇ ਕਿੱਥੇ ਵੱਜਦਾ ਤਾ ਉਸ ਨੇੜੇ ਲਾਣ ਦਿੰਦੇ ਚਲੋ ਬਾਬਾ ਜੀ ਬਹੁਤ ਬਹੁਤ ਮਿਹਰਬਾਨੀ।